गणतंत्र दिवस परेड आपके निरीक्षण के लिए हाजिर है श्रीमान। फिलहाल ऐसा कुछ पहला श्री वरुण शर्मा जी आईपीएस आईपीएस शाम राजपाल पंजाब मुख मेहमान के तौर पर स्वतंत्रता दिवस से 26 जनवरी पहुंच रहे हैं। असल निश्चित समय से अज के मुख जंगी शहीदा की बड़ी विजाकार अमनदीप सिंह इस साल भी पटियाले ज़िले में यह मान मिलिया हैगा है कि इतने दोबारा स्टेट लैवल फंक्शन जोड़ा है गणतंत्र दिवस इतने मनाया जा रहा है। तो अज असी इतने फुल ड्रैस रिहर्सल की है जोड़ा वेन्यू है पोलो ग्राउंड के मैं सारियां सद्दा दिनी है कि तुसी जरूर आओ। तुसी देख सकते हो कि हालांकि बहुत ठंड है फिर भी बच्चों ने बहुत अच्छी अपनी प्रैक्टिस की है इतने तो जिस तरह हमेशा होंदा है असी उसी तरीके नाल प्लेटूनस झांकियाँ इस बार साढ़े लिए बहुत मान की यह भी गल है कि जिहड़ी झांकी पंजाब सरकार की सी जिहड़ी दिल्ली जानी सी वह भी इत्थे डिस्प्ले हो रही हैगी है। सो वह भी सानू देखण नू मिलेगी सारियां नू।
ਸਿਕਿਉਰਿਟੀ ਪੱਖੋਂ ਸਾਰਾ ਪ੍ਰਬੰਧ ਹੈਗਾ, SSP ਸਾਹਿਬ ਅਤੇ ਉਹਨਾਂ ਦੀ ਟੀਮ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹੈਗੇ ਹੈ। ਅਤੇ ਸਾਡੇ ਵੱਲੋਂ ਸਾਰਿਆਂ ਨੂੰ ਹੀ ਦੁਬਾਰਾ ਸੱਦਾ ਹੈਗਾ ਕਿ ਤੁਸੀਂ ਜ਼ਰੂਰ ਆਓ ਪੋਲੋ ਗਰਾਊਂਡ ਦੇ ਵਿੱਚ ਅਤੇ ਇਹਦਾ ਆਨੰਦ ਲਿਓ। ਮੈਡਮ, ਜਿਸ ਤਰ੍ਹਾਂ ਗੱਲ ਕੀਤੀ ਹੈ, ਪੰਜਾਬ ਦੇ ਗਵਰਨਰ ਸਾਹਿਬ ਆ ਰਹੇ ਨੇ ਅਤੇ ਆਮ ਪਬਲਿਕ ਨੂੰ ਕੀ ਐਂਟਰੀ ਹੈ ਅਤੇ ਕਿਉਂਕਿ ਪੁਲਿਸ ਬਹੁਤ ਹੋਊਗੀ ਅਸੀਂ ਪ੍ਰੋਪਰ ਜਿਹੜੇ ਹੈਗੇ ਹੈ ਐਂਟਰੀ ਪੁਆਇੰਟਸ ਸਪੈਸ਼ਲੀ ਪਬਲਿਕ ਐਂਡ ਬੱਚਿਆਂ ਲਈ ਨਿਰਧਾਰਿਤ ਕੀਤੇ ਹੋਏ ਹੈਗੇ ਆ। ਸਿਕਿਉਰਿਟੀ ਪ੍ਰੋਗਰਾਮ ਜਿਹੜਾ ਫੁੱਲ ਜਾਰੀ ਹੋਏਗਾ ਅਤੇ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਕਿਸੇ ਨੂੰ ਸਿਕਿਉਰਿਟੀ ਦੇ ਐਂਗਲ ਰਾਹੀਂ, ਹਾਲਾਂਕਿ ਸਿਕਿਉਰਿਟੀ ਪੱਖੋਂ ਅਸੀਂ ਇੱਕਦਮ ਮਜ਼ਬੂਤ ਹੋਵਾਂਗੇ, ਬਟ ਐਟ ਦ ਸੇਮ ਟਾਈਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ, ਪ੍ਰੋਪਰ ਉਹਦੇ ਲਈ ਜਿਹੜਾ ਹੈਗਾ ਪ੍ਰਬੰਧ ਕੀਤੇ ਗਏ ਹੈਗੇ ਆ। ਮੈਂ ਜਿਹੜੀ ਚਾਕੀ ਦੀ ਗੱਲ ਕੀਤੀ ਹੈ, ਜਿਹੜੀ ਕੇਂਦਰ ਸਰਕਾਰ ਵੱਲੋਂ ਬੰਦ ਕੀਤੀ ਗਈ ਚਾਕੀ, ਉਹ ਦਿਖਾਈ ਜਾਵੇ ਕਿ ਉਹਦਾ ਸਾਡੀ ਕਾਫੀ ਝਾਕੀਆਂ ਹੈਗੀਆਂ, ਇੰਕਲੂਡਿੰਗ ਜਿਹੜੀ ਉਹ 3 ਝਾਕੀਆਂ ਸੀਗੀਆਂ, ਉਹ ਵੀ 3 ਝਾਕੀਆਂ ਇੱਥੇ ਮੌਜੂਦ ਹੋਣਗੀਆਂ, ਪਲੱਸ ਜਿਹੜੀ ਫਲੈਗਸ਼ਿਪ ਸਕੀਮਸ ਦੀ ਝਾਕੀਆਂ ਹੈਗੀਆਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ। ਅਤੇ ਬੱਚਿਆਂ ਦੀ ਪੇਸ਼ਕਾਰੀ ਜਿਹੜੀ ਹੈਗੀ ਹੈ, ਸਪੈਸ਼ਲੀ ਜਿਹੜੇ ਸਾਡੇ ਬੱਚੇ ਹੈਗੇ ਜਿਹੜੇ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਉਹਨਾਂ ਦੀ ਸਪੈਸ਼ਲ ਪੇਸ਼ਕਾਰੀ ਹੋਵੇਗੀ। ਸੋ ਇਹ ਸਾਰਾ ਜਿਹੜਾ ਹੈ ਪ੍ਰੋਗਰਾਮ ਤੁਹਾਨੂੰ ਦੇਖਣ ਨੂੰ ਮਿਲੇਗਾ।